ਅਤੇ ਸਾਡਾ ਉੱਥੇ ਅੰਮ੍ਰਿਤ ਵੇਲੇ 4 ਵਜੇ ਬਾਬਾ ਬਕਾਲਾ ਸਾਹਿਬ ਉੱਥੇ ਪੜਾ ਦੇ, ਇੱਕ ਸਿੰਘ ਸ਼ਹੀਦ ਹੋ ਗਿਆ, 4 ਸਿੰਘ ਫੱਟੜ ਕਰ ਦਿੱਤੇ ਗਏ ਦੁਸ਼ਟਾਂ ਵੱਲੋਂ। ਅਤੇ ਅਸੀਂ ਬੇਨਤੀ ਕਰਦੇ ਹਾਂ ਗੌਰਮੈਂਟ ਸਰਕਾਰ ਨੂੰ ਕੋਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਤਕਰੀਬਨ 45-50 ਬੰਦੇ ਸੀਗੇ। ਕੋਈ ਫਾਇਰਿੰਗ ਵਗੈਰਾ ਵੀ ਹੋਈ? ਹਾਂਜੀ, ਨਵੇਂ ਆਉਂਦੇ ਸਾਰੀ ਫਾਇਰਿੰਗ ਕਰਨੀ ਸਟਾਰਟ ਕਰਤੀ। ਹਵਾਈ ਫਾਇਰਿੰਗ ਵੀ ਸਿੱਧੀ ਕੀਤੀ? ਨਹੀਂ, ਇਹਨਾਂ ਸਿੱਧੀਆਂ ਫਾਇਰ ਕੀਤੀਆਂ ਸੀ। ਲੱਗਦਾ ਉਹ ਅਖੌਤੀ ਅਖੌਤੀ ਆ, ਉਹ ਕੋਈ ਉਹਨਾਂ ਦੇ ਬਿਲਕੁਲ ਰਿਸ਼ਤੇਦਾਰ ਕਰੀਬ ਤੋਂ ਨਹੀਂ ਲੈਦੇ, ਅਤੇ ਉਹ ਜਾਇਦਾਦ ਹੜੱਪਣ ਦਾ ਕਰਕੇ ਉਹਨਾਂ ਨੇ ਇਹ ਕਾਰਵਾਈ ਕੀਤੀ ਆ ਕਿ ਡਰਾ ਧਮਕਾ ਕੇ ਸਿੰਘਾਂ ਨੂੰ ਜਾਂ ਇਹਨਾਂ ਨੂੰ ਇਹ ਹੜੱਪੀ ਜਾਵੇ ਜਾਇਦਾਦ, ਪਰ ਇਹ ਦਲ ਪੰਥ ਇਹਨਾਂ ਨੂੰ ਜ਼ਮੀਨ ਹੜੱਪਣ ਨਹੀਂ ਦਊਗਾ। ਉਹ ਇਸ ਜਗ੍ਹਾ 'ਤੇ ਆਪਣੀ ਹੱਕ ਜਿਤਾਉਂਦਾ, ਅਤੇ ਉਹਨੇ ਆਪਣੇ ਨਾਲ ਅੱਜ ਤਕਰੀਬਨ ਸਵੇਰੇ 3:30 ਵਜੇ ਆਪਣੇ ਨਾਲ ਲੈ ਕੇ ਤਿੰਨ ਕੋਈ 30-35 ਦੇ ਕਰੀਬ ਹਮਲਾਵਰ ਲੈ ਕੇ ਉਹਨੇ ਡਾਂਗਾ ਸੋਟਿਆਂ ਅਤੇ ਰਾਈਫਲਾਂ ਨਾਲ ਗੋਲੀਆਂ ਚਲਾਉਂਦੇ ਹਮਲਾ ਕਰ ਦਿੱਤਾ। ਸਾਹਿਬ ਹੋਇਆ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਤਰਨਾ ਦਲ ਮਿਸਲ ਸ਼ਹੀਦ ਭਾਈ ਤਾਰੂ ਸਿੰਘ, ਇਹ ਹਾਲੇ ਮੌਜੂਦਾ ਜਥੇਦਾਰ ਬਾਬਾ ਰਣਜੀਤ ਸਿੰਘ ਪੂਲਾ ਵਾ ਜਿਹੜਾ ਜਥੇਬੰਦੀ ਦੇ ਮਾਲਕ ਹਨ, ਉਹਨਾਂ ਨੂੰ ਜਥੇਬੰਦੀਆਂ ਵੱਲੋਂ ਬਾਬੇ ਅਜੀਤ ਸਿੰਘ ਪੂਲੇ ਦੀ ਪੱਗ ਮਿਲੀ ਆ, ਅਤੇ ਸਾਰੀ ਵਿਰਾਸਤ ਜੋ ਵੀ ਬਾਬੇ ਅਜੀਤ ਸਿੰਘ ਪੂਲੇ ਦੀ ਆ, ਜਿੰਨੇ ਵੀ ਉਹਦੇ ਗੁਰਧਾਮ ਆ, ਜ਼ਮੀਨ ਆ, ਉਹ ਸਾਰੀ ਜਾਇਦਾਦ ਜਿਹੜੀ ਆ ਬਾਬੇ ਰਣਜੀਤ ਸਿੰਘ ਪੂਲੇ ਦੀ, ਇਸ ਵੇਲੇ ਮੌਜੂਦਾ ਜਥੇਦਾਰ ਉਹ ਆ ਜਥੇਬੰਦੀ ਦੇ, ਅਤੇ ਉਹਨਾਂ ਦੇ ਹੱਕ ਵਿੱਚ ਹੋਣੀ ਚਾਹੀਦੀ ਆ। ਅਤੇ ਸਾਡਾ ਉੱਥੇ ਅੰਮ੍ਰਿਤ ਵੇਲੇ 4 ਵਜੇ ਬਾਬਾ ਬਕਾਲਾ ਸਾਹਿਬ ਉੱਥੇ ਪੜਾ ਦੇ, ਇੱਕ ਸਿੰਘ ਸ਼ਹੀਦ ਹੋ ਗਿਆ, 4 ਸਿੰਘ ਫੱਟੜ ਕਰ ਦਿੱਤੇ ਗਏ ਆ ਦੁਸ਼ਟਾਂ ਵੱਲੋਂ। ਅਤੇ ਅਸੀਂ ਬੇਨਤੀ ਕਰਦੇ ਹਾਂ ਗੌਰਮੈਂਟ ਸਰਕਾਰ ਨੂੰ ਕੋਈ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਅੰਦਰ ਕੀਤਾ ਜਾਵੇ, ਉਹਨਾਂ ਦੇ ਪਰਚੇ ਦਰਜ ਕੀਤੇ ਜਾਣ। ਕੌਣ ਨੇ ਜੀ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਵਾ? ਉਹ ਡਿੰਪੀ ਆ, 2-3 ਹੋਰ ਇੱਕ ਬੀਬੀ ਨਾਲ ਉਹਨਾਂ ਦੇ। ਦੱਸਿਆ ਜਾਂਦਾ ਕਿ ਬਾਬਾ ਪੂਲਾ ਜੀ ਦੇ ਭੈਣ ਲੱਗਦੇ ਨੇ, ਭਣੇਵਾ ਲੱਗਦਾ ਉਹ ਅਖੌਤੀ ਅਖੌਤੀ ਆ, ਉਹ ਕੋਈ ਉਹਨਾਂ ਦੇ ਬਿਲਕੁਲ ਰਿਸ਼ਤੇਦਾਰ ਕਰੀਬ ਤੋਂ ਨਹੀਂ ਲੈਦੇ, ਅਤੇ ਉਹ ਜਾਇਦਾਦ ਹੜੱਪਣ ਦਾ ਕਰਕੇ ਉਹਨਾਂ ਨੇ ਇਹ ਕਾਰਵਾਈ ਕੀਤੀ ਆ ਕਿ ਡਰਾ ਧਮਕਾ ਕੇ ਸਿੰਘਾਂ ਨੂੰ ਜਾਂ ਇਹਨਾਂ ਨੂੰ ਇਹ ਹੜੱਪੀ ਜਾਵੇ ਜਾਇਦਾਦ, ਪਰ ਇਹ ਦਲ ਪੰਥ ਇਹਨਾਂ ਨੂੰ ਜ਼ਮੀਨ ਹੜੱਪਣ ਨਹੀਂ ਦਊਗਾ। ਕਿ ਇੱਕ ਪੰਥ ਦੀ ਵਿਰਾਸਤ ਆ, ਇਹ ਦੁਸ਼ਟਾਂ ਦੋਸ਼ੀਆਂ ਦੇ ਹੱਥ 'ਚ ਨਹੀਂ ਅਸੀਂ ਜਾਣ ਦੇਣੀ ਪੰਥ ਨੇ। ਇਸ ਕਰਕੇ ਬਾਬਾ ਜੀ ਅਸੀਂ ਬੇਨਤੀ ਕਰਦੇ ਜ ਸਿੱਖ ਜਥੇਬੰਦੀਆਂ ਨੇ ਵੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਅਤੇ ਮੌਜੂਦਾ ਜਥੇਦਾਰ ਬਾਬਾ ਰਣਜੀਤ ਸਿੰਘ ਜੋ ਉਹਨਾਂ ਦਾ ਜਿਹੜਾ ਸਿੰਘ ਸ਼ਹੀਦ ਕੀਤਾ ਗਿਆ ਵਾ, ਉਹ 'ਤੇ ਉਹਦਾ ਪਰਚਾ ਦਰਜ ਦੁਸ਼ਟਾਂ 'ਤੇ ਹੋਣਾ ਚਾਹੀਦਾ, ਦੁਸ਼ਮਣਾਂ 'ਤੇ, ਅਤੇ ਉਹਦਾ ਜਿਹੜਾ ਸ਼ਿਸ਼ਕਾਰ ਆ ਸਾਡੇ ਅਸੀਂ ਆਪਣੇ ਪੜਾਅ ਦੇ ਵਿੱਚ ਕਰਨਾ ਸਿੰਘ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਡਿੱਪੀ ਪੂਲਾ ਜੀ। ਕੀ ਹੋਇਆ ਜੀ ਤੁਹਾਡੇ ਮਾਮਲਾ, ਕੀ ਹੋਇਆ ਕਬਜ਼ੇ ਦਾ, ਕੀ ਮਾਮਲਾ ਸੀ? ਗੱਲ ਇਸ ਵੀ ਮੇਰੇ ਮਾਮਾ ਜੀ 2008 ਦੇ ਵਿੱਚ ਡੈਥ ਹੋਈ ਸੀ, ਉਸ ਤੋਂ ਪਹਿਲਾਂ ਦਾ ਹੀ ਇਹ ਬੰਦਾ ਰਣਜੀਤ ਗਣੀਆਂ ਮੇਰੇ ਬਾਬਾ ਜੀ ਸਿੰਘ ਪੂਲਾ ਜੀ ਦਾ ਵਿਰੋਧੀ ਸੀਗਾ। ਇਹਨੇ ਉਹਨਾਂ ਦੇ ਖਿਲਾਫ਼ DGP ਪੰਜਾਬ ਦੀ ਦਰਖਾਸਤਾਂ ਵੀ ਦਿੱਤੀਆਂ ਸੀਗੀਆਂ ਵੀ ਮੈਨੂੰ ਉਹਨਾਂ ਤੋਂ ਖਤਰਾ, ਜਿਹੜੀਆਂ ਕਿ ਬਾਅਦ 'ਚ ਇਨਕੁਆਇਰੀ 'ਚ ਝੂਠੀਆਂ ਸਾਬਤ ਹੋਈਆਂ ਸੀ। ਅਤੇ ਉਹਨਾਂ ਦੀ ਡੈਥ ਤੋਂ ਬਾਅਦ ਇਹ ਉਹਨਾਂ ਦੀ ਪਰਸਨਲ ਪ੍ਰੋਪਰਟੀ ਨੂੰ ਕਲੇਮ ਕਰਨ ਲੱਗ ਪਿਆ। ਕਲੇਮ ਦਾ ਕਾਰਨ ਇਹ ਬਣਿਆ ਕਿ ਆਪਣੇ ਆਪ ਨੂੰ ਇਹ ਕਹਿਣ ਲੱਗ ਗਿਆ ਮੈਂ ਉਹਨਾਂ ਦਾ ਵਾਰਸ ਹਾਂ, ਜਦਕਿ ਉਹਨਾਂ ਦਾ ਵਿਰੋਧੀ ਸੀਗਾ। ਇਹ ਸਾਡਾ ਕੇਸ FCR ਦੀ ਅਦਾਲਤ ਵਿੱਚ ਚੱਲ ਰਿਹਾ ਚੰਡੀਗੜ੍ਹ, ਪਰ ਇਹਨੇ ਸਾਨੂੰ ਕਬਜ਼ੇ ਦੀ ਨੀਂਦ ਦਾ ਸਾਨੂੰ ਜਾਨੋਂ ਮਾਰਨ ਆਇਆ ਸੀਗਾ, ਜਿਹਦਾ ਕਿ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਪਹਿਲਾਂ ਇਤਲਾਹ ਕਰ ਚੁੱਕੇ ਸੀਗੇ।
बाकी पुलिस ने आके इन्होंने मौके तो गिरफ्तार कर लिया। किन्ने बंदे सी जी? तकरीबन 45-50 बंदे सी। कोई फायरिंग वगैरह भी हुई? हाँ जी, इन्होंने आते सारी फायरिंग करनी स्टार्ट करती। हवाई फायरिंग ही सीधी की? नहीं, इन्हें सीधी फायर की। अच्छा जी। हाँ जी, हवाई फायर का मतलब ही कोई नहीं। तो तुहाडे नाल इत्थे कौन कौन सी पुलिस पार्टी मौजूद सी? उत्थे इन्हें पुलिस पार्टी के उत्ते भी फायर किया, साढ़े ते भी फायर किया। तुहाडे नाल कौन कौन सी परिवार के विच? उत्थे उस टाइम मेरे नानी मां बाबा जी के मदर जो कि बुजुर्ग ने, मेरे मदर ते बाकी साढ़े कुछ बंदे। कि तुसीं भी अपने हिफाजत च चलाई फायरिंग की? पुलिस ने साडी हिफाजत की है, बाकी असीं हिफाजत वास्ते भी चलाने से, पर असीं हवाई च किए आ क्योंकि साडे कोल कोई इतना ज़्यादा। कोई जख्मी होए? पता नहीं, उन्होंने खुद किए होने, पता कोई नहीं सू इस गल का। की मांग करते थे? उत्ते सख्त कार्रवाई करनी जानी, साड़ी सिक्योरिटी का इंतजाम किया जाए ना कि सानू जो बार बार धमकियां मिल रही। असं पुलिस प्रशासन दसा से पिछले एक हफ्ते तो साढ़े घर के आले दुआले ये रणजीत रणिया जो कि भगौड़ा है साढ़े घर की रेकी कर रहा, जिस बारे असं पुलिस प्रशासन ऑलरेडी दस चुके। ठीक है जी। डेरा है वो डेरे से उसकी माता, उसकी भैन, उसका भतीजा तो भांजा रेंदे है। तो एक रणजीत सिंह है जो कि बकरावां का रहने वाला है, वो इस जगह पर अपनी हक जता। तो उन्हें अपने नाल अज तकरीबन सवेरे 3:30 बजे अपने नाल लैके 30-35 के करीब हमलावर लिया के उन्हें डांडा सोटियां तो राइफलों नाल गोलियां चलाते हमला कर दिया, जो असी मौके पर पहुँच के कार्रवाई की है। तो जरा उसका भांजा है पुले का, वो बयान से असं पर्चा दर्ज करके अगली तफ्तीश आरंभ की। हमला भांजे वालों जो भांजा वह तो अपने घर बैठा, जो रणजीत सिंह है वो बाहर बहरों 35-40 हमलावर लैके आया जे, वो सारा साड़ी इन्वेस्टिगेशन के संबंध में चल रही है। जो हमला है वो उन्होंने किया। किन्ने बजे का वाकया जी? एक 3:30 बजे। सर किन्ने जख्मी हुए जी? ये कोई सानू हाले कोई पूरा कन्फर्म नहीं है, ना ही सानू कोई रिटर्न ही कोई है। 3 के करीब जख्मी सुने। कोई मौत भी हुई सर? कोई हाले तक सानू इस संबंध में कोई कन्फर्म। किन्ने राउंड फायर हुए? किन्ने बंदे अरेस्ट किए? हाले तक साड़ी इन्वेस्टिगेशन चलती है, उस तो बाद जो भी इन्वेस्टिगेशन के जो भी आएगा। हाले तक साड़ी इन्वेस्टिगेशन चलती है। किन्ने राउंड फायर हुए? वो अंदाजा तो कोई 40-50 के करीब है, पर देखते हैं अभी इन्वेस्टिगेशन कर। सुन रणजीत सिंह पहले कोई रैकिंग की गई इतने? ਇਹਦੇ ਬਾਰੇ ਹਾਲੇ ਇਨਵੈਸਟੀਗੇਸ਼ਨ ਚੱਲਦੀ ਹੈ। ਕਿੰਨੇ ਜਣੇ ਅਰੈਸਟ ਕੀਤੇ ਨੇ ਹਾਲੇ ਤੱਕ? ਕੋਈ ਅਰੈਸਟ ਨਹੀਂ। ਮੁੜੀ ਤਬਦੀਲ ਕੀ ਹੈ ਸਾਹਮਣੇ? ਮੁੜੀ ਤਬਦੀਲ ਦੇ ਵਿੱਚ ਦੇਖੋ ਹਲੇ ਤਾਂ ਉਹਨਾਂ ਦੇ ਘਰ ਆ ਕਿ ਉਹਨਾਂ ਨੇ ਹਮਲਾ ਕੀਤਾ, ਉਹ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ। ਇਹ ਵਿਵਾਦ ਕਿਸ ਗੱਲ ਦਾ ਹੈਗਾ ਮੁੱਖ? ਇਹ ਕੋਈ ਇਹਨਾਂ ਦੀ ਜ਼ਮੀਨ ਦਾ ਵਿਵਾਦ ਹੈ, ਇਹਨਾਂ ਆਪਸ ਵਿੱਚ ਜ਼ਮੀਨ ਦਾ ਕੋਈ ਝਗੜਾ ਚੱਲਦਾ। ਠੀਕ ਹੈ। ਜਿਹੜੀ ਉੱਥੇ ਫੋਰਸ ਏਰੀਆ ਕਹਿੰਦੇ ਪਹਿਲਾਂ ਤੋਂ ਤੈਨਾਤ ਕੀਤੀ ਗਈ ਸੀ, ਕੀ ਕੋਈ ਥ੍ਰੈਟ ਸੀਗਾ? ਇਹਨਾਂ ਨੇ ਜਿਹੜੀ ਆਪਣਾ ਭਾਜੀ ਥੋੜਾ ਥੱਲੇ ਰੱਖਿਆ, ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਸੀ ਕਿ ਹੋ ਸਕਦਾ ਕਿ ਰਣਜੀਤ ਸਿੰਘ ਨਹੀਂ ਸਾਡੇ 'ਤੇ ਹਮਲਾ ਨਾ ਕਰ ਦੇਵੇ, ਅਤੇ ਉਸ ਉਹਨੂੰ ਮੱਦੇਨਜ਼ਰ ਰੱਖਦਿਆਂ ਉਹ ਆਪਾਂ ਜਿਹੜੀ ਆਪਣਾ ਉੱਥੇ ਫੋਰਸ ਲਗਾਈ ਗਈ। ਉਹ ਡੇਰੇ ਦੇ ਪਰਾੜੋਂ ਲੈ ਕੇ ਦੂਸਰੇ ਧਿਰ ਵੱਲੋਂ ਜਿਹੜਾ ਹੈਗਾ ਵਾ ਉਹ ਦਾਅਵੇਦਾਰੀ ਕਿ ਉਹਨਾਂ ਦੀ ਹਜੇ ਤੱਕ ਕਿਸੇ ਨੇ ਵੀ ਕੋਈ ਵੀ ਰਿਕਾਰਡ ਪੇਸ਼ ਨਹੀਂ ਕੀਤਾ। ਰਿਕਾਰਡ ਨਹੀਂ ਪੇਸ਼? ਕੋਈ ਵੈਪਨ ਫੜੇ ਗਏ ਜੀ? ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ, ਜਿਹਦੇ ਵਿੱਚ ਸਾਨੂੰ 3 ਰਾਈਫਲਾਂ ਬਰਾਮਦ ਹੋਈਆਂ ਜੋ ਅਸੀਂ ਹਮਲਾਵਰਾਂ ਤੋਂ ਫੜੀਆਂ ਨੇ, ਉਹਦੇ ਸੰਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।